ਨਮਸਕਾਰ ਦੋਸਤੋ, ਐਨਕਾਊਂਟਰ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ। ਆਓ ਮਾਰਦੇ ਹਾਂ ਨਜ਼ਰ ਲੁਧਿਆਣਾ ਦੀ ਇੱਕ ਖਬਰ 'ਤੇ। ਸੱਭਿਆਚਾਰ ਮੰਤਰਾਲਾ, ਭਾਰਤ ਸਰਕਾਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਕੂਕਾ ਸ਼ਹੀਦ ਯਾਦਗਾਰੀ ਟਰੱਸਟ ਵੱਲੋਂ ਦੇਸ਼ ਦੀ ਜੰਗ ਆਜ਼ਾਦੀ ਦੇ ਮੋਢੀ ਨਾ ਮਿਲਵਰਤਨ ਲਹਿਰ ਦੇ ਬਾਨੀ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਦੇ 200 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਸੈਮੀਨਾਰ ਸ਼੍ਰੀ ਸਤਿਗੁਰੂ ਉਦੇ ਸਿੰਘ ਜੀ ਦੇ ਆਸ਼ੀਰਵਾਦ ਸਦਕਾ 28 ਦਸੰਬਰ ਦਿਨ ਸ਼ੁੱਕਰਵਾਰ ਨੂੰ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਕੂਕਾ ਯਾਦਗਾਰੀ ਟਰੱਸਟ ਦੇ ਵਾਈਸ ਚੇਅਰਮੈਨ ਸੁਰਿੰਦਰ ਸਿੰਘ ਨਾਮਧਾਰੀ ਨੇ ਦਿੱਤੀ। ਸਕੱਤਰ ਰਜੀਤ ਸਿੰਘ ਨਾਮਧਾਰੀ, ਗੁਰਮੁਖ ਸਿੰਘ ਰੈਵਰ ਅਤੇ ਪ੍ਰੈਸ ਸਕੱਤਰ ਲਖਵੀਰ ਬੱਦੋਵਾਲ ਨੇ ਦੱਸਿਆ ਕਿ ਸਮਾਗਮ ਸਵੇਰੇ 10 ਵਜੇ ਆਰੰਭ ਹੋਵੇਗਾ। ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ, ਕੈਬਨਿਟ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ, ਰਾਜ ਮੰਤਰੀ ਡਾਕਟਰ ਮਹੇਸ਼ ਸ਼ਰਮਾ, MP ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੀ ਵਿਜੇ ਸਾਂਪਲਾ, ਸ਼੍ਰੀ ਅਵਿਨਾਸ਼ ਰਾਏ ਖੰਨਾ, HS ਹੰਸਪਾਲ, ਤਰਲੋਚਨ ਸਿੰਘ ਅਤੇ ਡਾਕਟਰ ਸੁਰਜੀਤ ਪਾਤਰ ਪੁੱਜਣਗੇ। ਕੀ ਸਮਾਗਮ ਹੋਵੇਗਾ? 28 ਦਸੰਬਰ 2018 ਨੂੰ ਦਿੱਲੀ ਵਿਗਿਆਨ ਭਵਨ ਵਿਖੇ ਮਿਨਿਸਟਰੀ ਆਫ ਕਲਚਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਕੂਕਾ ਸ਼ਹੀਦ ਯਾਦਗਾਰੀ ਟਰੱਸਟ ਇੱਕ ਅੰਤਰਰਾਸ਼ਟਰੀ ਸੈਮੀਨਾਰ ਕਰ ਰਿਹਾ ਹੈ। ਇਹ ਸੈਮੀਨਾਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ 200ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੈ। ਸ੍ਰੀ ਨਰਿੰਦਰ ਮੋਦੀ ਜੀ, ਮਾਣਯੋਗ ਪ੍ਰਧਾਨ ਮੰਤਰੀ ਭਾਰਤ ਸਰਕਾਰ ਨੇ ਦਸੰਬਰ 2016 ਨੂੰ ਇਹ ਫੈਸਲਾ ਲਿਆ ਕਿ ਸਤਿਗੁਰੂ ਰਾਮ ਸਿੰਘ ਜੀ 200ਵਾਂ ਸ਼ਤਾਬਦੀ ਜਿਹੜੀ ਆ ਉਹ ਨੈਸ਼ਨਲ ਲੈਵਲ 'ਤੇ ਮਨਾਈ ਜਾਏਗੀ। ਉਸ ਦੇ ਵਾਸਤੇ ਨੈਸ਼ਨਲ ਇੰਪਲੀਮੈਂਟੇਸ਼ਨ ਕਮੇਟੀ, ਜਿਸ ਦੇ ਚੇਅਰਮੈਨ ਸ਼੍ਰੀ ਰਾਜਨਾਥ ਸਿੰਘ ਜੀ, ਹੋਮ ਮਿਨਿਸਟਰ ਭਾਰਤ ਸਰਕਾਰ ਨੇ, ਉਹ ਇਹਦੇ ਚੇਅਰਮੈਨ ਨੇ, ਉਹਨਾਂ ਦੀ ਅਗਵਾਈ ਵਿੱਚ ਮਾਰਚ 2018 ਨੂੰ ਅਤੇ ਫਿਰ ਜੁਲਾਈ 2018 ਨੂੰ ਵਿਸ਼ੇਸ਼ ਇਕੱਤਰਤਾ ਹੋਈਆਂ। ਸਰਦਾਰ ਸੁਰਿੰਦਰ ਸਿੰਘ ਜੀ ਨਾਮਧਾਰੀ ਵਾਈਸ ਚੇਅਰਮੈਨ ਕੂਕਾ ਸ਼ਹੀਦ ਯਾਦਗਾਰੀ ਟਰੱਸਟ ਅਤੇ ਪ੍ਰਧਾਨ ਮਿਸ਼ਨ ਨਾਮਧਾਰੀ ਸੰਗਤ ਦੀ ਅਗਵਾਈ ਹੈ ਇੱਕ ਵਫਦ ਜਾ ਕੇ ਉਸ ਮੀਟਿੰਗ ਵਿੱਚ ਸ਼ਾਮਿਲ ਹੋਇਆ ਅਤੇ ਆਪਣਾ ਏਜੰਡਾ ਉਹਨਾਂ ਸਾਹਮਣੇ ਰੱਖਿਆ। ਉਸ 'ਤੇ ਬੜੇ ਅਹਿਮ ਫੈਸਲੇ ਹੋਏ ਜੋ ਸਮੇਂ ਸਮੇਂ 'ਤੇ ਸਾਧ ਸੰਗਤ ਦੇ ਸਾਹਮਣੇ ਆਉਣਗੇ। ਅਤੇ ਹੁਣ ਕੌਣ ਕੌਣ ਆ ਰਹੇ ਨੇ ਸਰ ਇਸ ਸਮਾਗਮ? ਹਾਂ, ਇਸ ਸਮਾਗਮ ਦੇ ਵਿੱਚ ਜੋ ਚੀਫ ਗੈਸਟ ਹਨ ਉਹ ਸ਼੍ਰੀ ਰਾਜਨਾਥ ਸਿੰਘ ਜੀ, ਹੋਮ ਮਿਨਿਸਟਰ ਭਾਰਤ ਸਰਕਾਰ ਨੇ, ਜੋ ਸਾਡੇ ਗੈਸਟ ਆਫ ਆਨਰ ਨੇ ਬੀਬੀ ਸਿਮਰਜੀਤ ਕੌਰ ਜੀ ਬਾਦਲ, ਜੋ ਫੂਡ ਪ੍ਰੋਸੈਸਿੰਗ ਇੰਡਸਟਰੀ ਦੇ ਯੂਨੀਅਨ ਮਿਨਿਸਟਰ ਨੇ, ਸ਼੍ਰੀ ਮਹੇਸ਼ ਸ਼ਰਮਾ ਜੀ, ਮਿਨਿਸਟਰੀ ਆਫ ਕਲਚਰ ਦੇ ਇੰਡੀਪੈਂਡੈਂਟ ਚਾਰਜ ਉਹਨਾਂ ਦੇ ਕੋਲ ਹੈ, ਉਹ ਆ ਰਹੇ ਹਨ। ਐਨਕਾਊਂਟਰ ਲੁਧਿਆਣਾ ਤੋਂ ਸੰਵਾਦਦਾਤਾ ਲਖਵੀਰ ਸਿੰਘ ਦੀ ਰਿਪੋਰਟ।